ਬੀਤੀ ਰਾਤ ਸ਼ੇਰਾਂ ਵਾਲੇ ਗੇਟ ਦੇ ਅੰਦਰੂਨੀ ਪੱਕੀ ਗਲੀ ਦੇ ਵਿਚ ਇਲਾਕੇ ਦੇ ਹੀ ਰਹਿਣ ਵਾਲੇ ਕੁਝ ਨੌਜਵਾਨਾਂ ਦੇ ਵੱਲੋਂ ਸੁਸ਼ਾਂਤ ਨਾਮ ਦੇ ਨੌਜਵਾਨ ਨੂੰ ਤਿੱਖੇ ਬਲੇਡ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਜੀਠੀਆ ਰੋਡ ਦੇ ਸਥਿਤ ENT ਹਸਪਤਾਲ ਦੇ ਵਿਚ ਜ਼ੇਰੇ ਇਲਾਜ ਸੁਸ਼ਾਂਤ ਅਰੋੜਾ ਦੇ ਦੋਸਤ ਸਾਹਿਲ, ਜੌਨੀ, ਹਨੀ, ਲਾਡਾ, ਸਨੀ, ਰੌਬਿਨ, ਹਰਸ਼ ਅਤੇ ਹੋਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ 9:15 ਦੇ ਉੱਤੇ ਕਰੀਬ ਉਹ ਸਾਰੇ ਸੁਸ਼ਾਂਤ ਅਰੋੜਾ ਦੇ ਨਾਲ ਪੱਕੀ ਗਲੀ ਦੇ ਵਿਚ ਖੜੇ ਸੀ ਕਿ ਅਚਾਨਕ ਇਲਾਕੇ ਦੇ ਹੀ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਸੁਸ਼ਾਂਤ ਅਰੋੜਾ ਦੇ ਗਲੇ ਦੇ ਵਿਚ ਤਿੱਖੇ ਬਲੇਡ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਜਦ ਉਹਨਾਂ ਗੰਭੀਰ ਜ਼ਖਮੀ ਸੁਸ਼ਾਂਤ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਤੇ ਜ਼ਖਮੀ ਨੌਜਵਾਨ ਸੁਸ਼ਾਂਤ ਨੂੰ ਜਾਨੋ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਦੇਰ ਰਾਤ ਜ਼ਖਮੀ ਸੁਸ਼ਾਂਤ ਨੂੰ ਉਹਨਾਂ ਸਿਵਲ ਹਸਪਤਾਲ ਦੇ ਵਿਚ ਇਲਾਜ ਦੇ ਲਈ ਲਿਆਂਦਾ ਗਿਆ ਪਰ ਸੁਸ਼ਾਂਤ ਦੀ ਹਾਲਤ ਗੰਭੀਰ ਵੇਖਦਿਆਂ ਉਸ ਨੂੰ ਗੁਰੂ ਨਾਨਕ ਹਸਪਤਾਲ ਦੇ ਵਿਚ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮਜੀਠੀਆ ਰੋਡ ਸਥਿਤ ENT ਹਸਪਤਾਲ ਲਿਆਂਦਾ ਗਿਆ ਜਿੱਥੇ ਸੁਸ਼ਾਂਤ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੁਸ਼ਾਂਤ ਤੇ ਹਮਲਾ ਕਰਨ ਵਾਲੇ ਦੋਸ਼ੀ ਪੱਕੀ ਗਲੀ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ। ਮਿਤੀ 8/3 ਨੂੰ ਜਿਹੜਾ ਸਟੇਟ ਬੈਂਕ ਪੱਕੀ ਗਲੀ ਆ ਘਿਓ ਮੰਡੀ ਚੌਂਕ ਦੇ ਲਾਗੇ ਉੱਥੇ ਝਗੜਾ ਹੋਇਆ ਜਿਹਦੇ ਵਿੱਚ ਸੁਸ਼ਾਂਤ ਸਨ ਆਫ ਸਤੀਸ਼ ਕੁਮਾਰ ਜਿਹੜਾ ਉਮਰ 20 ਸਾਲ ਆ ਉਹਦੇ 3 ਆਦਮੀਆਂ ਨੇ ਦਾਤਰ ਮਾਰ ਕੇ ਉਹਨੂੰ ਜ਼ਖਮੀ ਕਰ ਦਿੱਤਾ ਸੀਗਾ ਔਰ ਸੁਸ਼ਾਂਤ ਦੇ ਬਿਆਨ 'ਤੇ ਵਿੱਕੀ ਸਨ ਆਫ ਬਾਜਾ ਸ਼ਿਵ ਕੁਮਾਰ ਘੁੱਗੀ ਅਤੇ ਵਿੱਕੀ ਦੇ ਬਾਪ ਬਾਜੇ ਦੇ ਖਿਲਾਫ਼ ਮੁਕੱਦਮਾ ਨੰਬਰ 41 ਜੁਰਮ 307 IPC ਦਰਜ ਰਜਿਸਟਰ ਕੀਤਾ ਗਿਆ ਵਾ ਇਹ 'ਚ ਦੋਸ਼ੀ ਜਿਹੜੇ ਨੇ ਦੌੜੇ ਹੋਏ ਨੇ ਘਰਾਂ ਤੋਂ ਔਰ ਇਹਨਾਂ ਲਈ ਸਪੈਸ਼ਲ ਟੀਮਾਂ ਬਣਾ ਕੇ ਅਸੀਂ ਇਹਨਾਂ ਦੇ ਮਗਰ ਲੱਗੇ ਹੋਏ ਹਾਂ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ।